ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਵਿੱਚ। ਅਤੇ ਦੋਸਤੋ ਤੁਹਾਡੇ ਲਈ ਅੱਜ ਦੀ ਜਿੰਨੀ ਵੀ ਵੈਕੰਸੀ ਹੈ ਸਾਰਿਆਂ ਦੀ ਡਿਟੇਲ ਲੈ ਕੇ ਆਏ ਹਾਂ ਦੋਸਤੋ। ਈ ਪੇਪਰ ਵਾਲੀ ਇਹ ਵੈਕੰਸੀ ਹੈ, ਸਾਰਿਆਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ। ਬਟ ਉਸ ਤੋਂ ਪਹਿਲਾਂ ਸਾਡੇ ਵੀਵਰਾਂ ਦੇ ਇੱਕ ਦੋ ਡਾਊਟ ਹੈ ਉਹ ਕਲੀਅਰ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਦੋਸਤੋ ਸਾਡੇ ਇੱਕ ਵੀਵਰ ਨੇ ਸਾਨੂੰ ਕਿਹਾ ਕਿ ਤੁਸੀਂ ਜਿਹੜੇ ਹੈ ਉਹ ਇਸ ਚੈਨਲ 'ਤੇ ਬਿਜ਼ਨਸ ਸ਼ੁਰੂ ਕਰਤਾ, ਤੁਸੀਂ ਸਟੱਡੀ ਨਹੀਂ ਕਰਵਾਉਂਦੇ। ਤਾਂ ਦੋਸਤੋ ਅਸੀਂ ਸਟੱਡੀ ਬਾਰੇ ਤਾਂ ਕਿਹਾ ਜ਼ਰੂਰ ਸੀ, ਪਹਿਲਾਂ ਅਸੀਂ ਸਟਾਰਟ ਨਹੀਂ ਕੀਤੀ ਸਟੱਡੀ ਕਰਵਾਉਣੀ। ਅਤੇ ਰਹੀ ਗੱਲ ਬਿਜ਼ਨਸ ਦੀ, ਤਾਂ ਬਈ ਫਿਰ ਕੀ ਹੋ ਗਿਆ ਜੇ 5-10 ਰੁਪਏ ਅਸੀਂ ਕਮਾ ਵੀ ਲਏ, ਕੀ ਫਰਕ ਪੈ ਗਿਆ? ਅਸੀਂ ਤੁਹਾਡੇ ਕੋਲੋਂ ਇਹ ਤਾਂ ਨਹੀਂ ਕਿ 2000, 4000, 5000 ਲਏ, 30 ਰੁਪਈਆਂ ਦੀ ਦੋਸਤੋ PDF ਹੈ, 30-35 ਰੁਪਏ ਦੀ ਹੋਏਗੀ। ਅਤੇ ਉਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਪਰਚੇਜ ਕਰਨੀ ਹੈ ਨਹੀਂ ਕਰਨੀ, ਤੁਹਾਡੀ ਮਰਜ਼ੀ ਹੈ, ਨਹੀਂ ਕਰਨੀ ਨਾ ਕਰੋ। ਅਤੇ ਦੋਸਤੋ ਇਸ ਵਿੱਚ ਅਸੀਂ ਇਹ ਨਹੀਂ ਲੁਕਾਉਂਦੇ ਨਹੀਂ ਗੱਲ ਕਿ ਅਸੀਂ ਬਿਜ਼ਨਸ ਨਹੀਂ ਕਰਿਆ, ਕਰਿਆ 5-10 ਰੁਪਈਆਂ ਦਾ ਸਾਨੂੰ ਵੀ ਬੈਨੀਫਿਟ ਹੁੰਦਾ ਉਹਦੇ ਵਿੱਚ। ਬਟ ਦੋਸਤੋ ਉਹਨਾਂ ਰੁਪਈਆਂ ਨੂੰ ਬਚਾ ਕੇ ਅਸੀਂ ਕੋਈ ਸਿਨੇਮਾ ਨਹੀਂ ਦੇਖਣਾ। ਉਹਨਾਂ ਰੁਪਈਆਂ ਦਾ ਵੀ ਜਦੋਂ ਦੋਸਤੋ ਅਸੀਂ ਯੂਜ਼ ਕਰਾਂਗੇ ਨਾ, ਇੰਨੇ ਵਧੀਆ ਕੰਮ 'ਚ ਯੂਜ਼ ਕਰਾਂਗੇ ਕਿ ਵਾਕਈ ਤੁਸੀਂ ਕਹੋਗੇ ਕਿ ਤੁਸੀਂ ਬਿਲਕੁਲ ਸਹੀ ਕੰਮ ਕੀਤਾ ਹੈ। ਅਤੇ ਉਸ ਤੋਂ ਬਾਅਦ ਦੋਸਤੋ ਇੱਕ ਵੀਵਰ ਜਿਹੜਾ ਸੀ ਉਹਨੇ ਕਮੈਂਟ ਕੀਤਾ ਕਿ ਤੁਸੀਂ ਪੇਪਰ ਦੀ ਡੈਮੋ ਨਹੀਂ ਦੇਈ, ਤੁਸੀਂ ਸਿਰਫ ਜਿਹੜੀ ਹੈ ਆਪਣੇ ਕੰਮ ਤੋਂ ਹੀ ਮਤਲਬ ਰੱਖਦੇ ਹੋ। ਤਾਂ ਦੋਸਤੋ ਡੈਮੋ ਦੀ ਜਿਹੜੀ ਸ਼ਿਕਾਇਤ ਹੈ ਦੋਸਤੋ ਅੱਜ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਬਟ ਦੋਸਤੋ ਸਾਰੇ ਪੇਪਰਾਂ ਦੀ ਡੈਮੋ ਨਹੀਂ ਦੇ ਸਕਦੇ, ਇੱਕ ਪੇਪਰ ਦੇ ਪੇਜ 40-42 ਪੇਜ ਹੈ। ਅਤੇ 1 ਮਿੰਟ ਵੀ ਇੱਕ ਪੇਜ ਨੂੰ ਦਈਏ ਨਾ ਦੋਸਤੋ, ਤਾਂ ਵੀ 40 ਮਿੰਟਾਂ ਦੀ ਵੀਡੀਓ ਬਣ ਜਾਂਦੀ ਹੈ। ਅਤੇ 1 ਮਿੰਟ ਵਿੱਚ ਕਿੰਨਾ ਕੁ ਬੰਦਾ ਐਕਸਪਲੇਨ ਕਰ ਸਕਦਾ ਤੁਸੀਂ ਆਪ ਜਾਣਦੇ ਹੋ। ਬਟ ਫਿਰ ਵੀ ਦੋਸਤੋ ਅਸੀਂ ਸ਼ਾਮ ਨੂੰ ਜਿਹੜੀ ਹੈ ਕੋਸ਼ਿਸ਼ ਕਰਾਂਗੇ ਤੁਹਾਨੂੰ ਪੇਪਰਾਂ ਦੀ ਵੀਡੀਓ ਇੱਕ ਪ੍ਰੋਵਾਈਡ ਕਰਵਾਈਏ। ਬਸ ਇੰਨਾ ਕੁ ਟਾਈਮ ਦੇਵਾਂਗੇ ਦੋਸਤੋ ਕਿ ਤੁਸੀਂ 2-4 ਕੁਐਸਚਨਾਂ ਦੇ ਜਿਹੜੇ ਹੈ ਸਕਰੀਨਸ਼ੋਟ ਫਟਾਫਟ ਲੈ ਸਕੋ, ਠੀਕ ਹੈ ਜੀ। ਘੱਟੋ ਘੱਟ ਅਸੀਂ 3 ਜਾਂ 4 ਮਿੰਟ ਦੀ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ, ਇਸ ਤੋਂ ਵੱਧ ਦੋਸਤੋ ਨਹੀਂ ਕਰਵਾ ਸਕਦੇ। ਅਤੇ ਬਾਕੀ ਦੋਸਤੋ ਤੁਹਾਡੀ ਜੋ ਵੀ ਸ਼ਿਕਾਇਤ ਹੈ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਬਟ ਹਾਂ ਦੋਸਤੋ, ਗਾਲਾਂ ਕੱਢਣ ਦੀ ਕੋਸ਼ਿਸ਼ ਤੁਸੀਂ ਕਦੇ ਨਾ ਕਰਿਓ। ਜੇ 1 ਵਾਰ ਵੀ ਤੁਸੀਂ ਗਾਲ ਯੂਜ਼ ਕੀਤੀ ਤਾਂ ਬਲੌਕ ਹੋ ਜਾਓਗੇ, ਠੀਕ ਹੈ ਜੀ। ਬਾਅਦ 'ਚ ਤੁਹਾਡੀ ਨਾ ਤਾਂ ਕਦੇ ਪ੍ਰੋਬਲਮ ਸੋਲਵ ਹੋਣੀ ਅਤੇ ਨਾ ਤੁਸੀਂ ਕਦੇ ਦੋਸਤੋ ਚੈਨਲ 'ਤੇ ਕਮੈਂਟ ਆਪਣੇ ਸ਼ੋਅ ਕਰ ਸਕੋਗੇ, ਠੀਕ ਹੈ। ਤਾਂ ਦੋਸਤੋ ਇਹ ਸੀ ਗੱਲ। ਕੋਈ ਵੀ ਸ਼ਿਕਾਇਤ ਹੋਏ ਦੋਸਤੋ ਇਹ ਨਹੀਂ ਕਹਿੰਦੇ ਕਿ ਅਸੀਂ ਗਲਤ ਨਹੀਂ ਹੁੰਦੇ, ਕਈ ਥਾਵਾਂ ਦੇ ਤੋਂ ਗਲਤੀਆਂ ਹੋ ਜਾਂਦੀਆਂ। ਅਤੇ ਪਹਿਲਾਂ ਵੀਡੀਓ ਜਿਹੜੀ ਪਾਈ ਸੀ ਦੋਸਤੋ ਕਾਫੀ ਮਹੀਨੇ ਪਹਿਲਾਂ, ਉਹਨਾਂ ਬਾਰੇ ਵੀ ਕਈ ਸ਼ਿਕਾਇਤ ਆਉਂਦੀ ਹੈ। ਤਾਂ ਦੋਸਤੋ ਉਸ ਵੇਲੇ ਤਾਂ ਨਵੇਂ ਸੀ ਦੋਸਤੋ, ਪਤਾ ਨਹੀਂ ਹੁੰਦਾ ਕਿਸੇ ਨੂੰ ਕਿ ਚੈਨਲ ਨੂੰ ਜਿਹੜਾ ਹੈ ਕਿੱਦਾਂ ਗਰੋ ਕਰਨੀ ਹੁੰਦੀ ਹੈ। ਬਸ ਇੱਧਰ ਉੱਧਰ ਯੂਟਿਊਬਰਾਂ ਦੀ ਵੀਡੀਓ ਦੇਖ ਦੇਖ ਕੇ ਸੋਚਦੇ ਸੀ ਕਿ ਚੈਨਲ ਨੂੰ ਗਰੋ ਕਰ ਲਈਏ ਫਟਾਫਟ। ਬਟ ਦੋਸਤੋ ਹੁਣ ਸਮਝ ਦੇ ਵਿੱਚ ਆਇਆ ਕਿ ਚੈਨਲ ਨੂੰ ਗਰੋ ਕਰਨ ਵਾਸਤੇ ਕਿਸੇ ਮਤਲਬ ਸਹਾਰੇ ਦੀ ਜ਼ਰੂਰਤ ਨਹੀਂ ਹੁੰਦੀ। ਆਪਣੇ ਦਿਲੋਂ ਜਿਹੜਾ ਕੰਟੈਂਟ ਬਣਾਇਆ ਜਾਂਦਾ ਹੈ ਉਸਦੇ ਸਹਾਰੇ ਵੀ ਚੈਨਲ ਗਰੋ ਕਰ ਜਾਂਦਾ ਹੈ, ਠੀਕ ਹੈ ਜੀ। ਤਾਂ ਤੁਹਾਡੀ ਸ਼ਿਕਾਇਤਾਂ ਵੀ ਦੋਸਤੋ ਸਰ ਮੱਥੇ ਤੁਸੀਂ ਜੋ ਵੀ ਕਹਿਣਾ ਕਹਿ ਸਕਦੇ ਹੋ, ਠੀਕ ਹੈ ਜੀ। ਬਟ ਗਾਲਾਂ ਨਾ ਕੱਢਿਓ ਦੋਸਤੋ, ਗਾਲਾਂ ਕੱਢਦੇ ਸਾਰੇ ਤੁਸੀਂ ਬੈਨ ਹੋ ਜਾਓਗੇ। ਤਾਂ ਚਲੋ ਫਿਰ ਦੋਸਤੋ ਅੱਜ ਦੀ ਵੀਡੀਓ ਜਿਹੜੀ ਹੈ ਉਹ ਸਟਾਰਟ ਕਰਦੇ ਹੋਏ ਵੈਕੰਸੀ ਡਿਟੇਲ ਤੁਹਾਨੂੰ ਚੈੱਕ ਕਰਵਾਉਂਦੇ ਹਾਂ। ਇਹ ਪਹਿਲੀ ਜਿਹੜੀ ਦੋਸਤੋ ਵੈਕੰਸੀ ਅਨਾਊਂਸ ਹੋਈ ਹੈ ਇਹ ਹੋਈ ਹੈ ਸੈਨਿਕ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਜਲੰਧਰ ਵਿਖੇ। ਇੱਥੇ ਦੋਸਤੋ 11 ਮਹੀਨੇ ਦੇ ਕੰਟਰੈਕਟ ਬੇਸ ਵੈਕੰਸੀ ਅਨਾਊਂਸ ਹੋਈ ਹੈ। ਅਤੇ ਇੱਥੇ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਅਨਾਊਂਸ ਹੋਈ ਹੈ ਅਤੇ ਲੇਬ ਅਸਿਸਟੈਂਟ ਦੀ ਵੀ ਇੱਕ ਪੋਸਟ ਅਨਾਊਂਸ ਹੋਈ ਹੈ। ਅਸਿਸਟੈਂਟ ਪ੍ਰੋਫੈਸਰ ਦੀ ਦੋਸਤੋ ਗੱਲ ਕਰੀਏ ਤਾਂ ਇਸ ਵਾਸਤੇ ਤੁਹਾਡੀ PhD ਹੋਣੀ ਚਾਹੀਦੀ ਹੈ ਅਤੇ ਲੇਬ ਅਸਿਸਟੈਂਟ ਲਈ ਤੁਹਾਡਾ PGDCA ਕਲੀਅਰ ਹੋਣਾ ਚਾਹੀਦਾ ਹੈ। ਪਹਿਲੀ ਪੋਸਟ ਲਈ ਤੁਹਾਨੂੰ ਸੈਲਰੀ ਦਿੱਤੀ ਜਾਏਗੀ 21,600 ਰੁਪਈਏ ਮਹੀਨਾ। ਦੂਜੀ ਪੋਸਟ ਵਾਸਤੇ ਸੈਲਰੀ ਦਿੱਤੀ ਜਾਏਗੀ 13,500 ਰੁਪਈਏ ਮਹੀਨਾ, ਠੀਕ ਹੈ ਜੀ। ਅਤੇ 27 ਅਗਸਤ ਤੱਕ ਜਿਹੜਾ ਹੈ ਤੁਸੀਂ ਆਪਣਾ ਫੋਰਮ ਫਿਲ ਕਰ ਸਕਦੇ ਹੋ। ਵਧੇਰੀ ਜਾਣਕਾਰੀ ਲਈ ਦੋਸਤੋ ਇੱਕ ਵਾਰ ਇਸ ਕੰਟੈਕਟ ਨੰਬਰ 'ਤੇ ਕੋਲ ਜ਼ਰੂਰ ਕਰਿਓ। ਤੁਹਾਡਾ ਜੋ ਵੀ ਕੁਐਸਚਨ ਹੋਵੇ ਇਹਨਾਂ ਨੂੰ ਪੁੱਛ ਕੇ ਫਿਰ ਹੀ ਤੁਸੀਂ ਆਪਣੇ ਡਾਕੂਮੈਂਟ ਇਹਨਾਂ ਤੱਕ ਸੈਂਡ ਕਰਨੇ, ਠੀਕ ਹੈ ਜੀ। ਅਤੇ ਦੋਸਤੋ ਤੁਸੀਂ ਜਿਹੜਾ ਹੈ ਇੱਕ ਪੇਪਰ ਪਲੇਨ ਪੇਪਰ ਰਾਈਟਿੰਗ ਵਧੀਆ ਦੋਸਤੋ ਉਂਝ ਵਧੀਆ ਰਹੇਗਾ, ਤੁਸੀਂ ਕੋਈ ਪਰਫੋਰਮਾ ਲੈ ਲਿਓ। ਅਸੀਂ ਨਹੀਂ ਕਹਾਂਗੇ ਕਿ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੀ ਜਾ ਕੇ ਲਿਓ, ਫਿਰ ਤੁਹਾਨੂੰ ਲੱਗੇਗਾ ਕਿ ਬਿਜ਼ਨਸ ਤੋਰ ਲਿਆ। ਤੁਸੀਂ ਜਿੱਥੋਂ ਮਰਜ਼ੀ ਲੈਣਾ ਦੋਸਤੋ ਇੱਕ ਪਰਫੋਰਮਾ ਫਿਲ ਕਰਕੇ ਵਧੀਆ ਲੈ ਜਾਓ, ਜੋ ਵੀ ਤੁਹਾਡੀ ਕੁਆਲੀਫਿਕੇਸ਼ਨ ਹੋਵੇ ਸਾਰਾ ਉਸਦੇ ਵਿੱਚ ਐਕਸਪੀਰੀਅੰਸ ਵਗੈਰਾ ਜਿਹੜਾ ਫਿਲ ਕਰਨਾ, ਨਾਲੇ ਡਾਕੂਮੈਂਟ ਵੀ ਅਟੈਚ ਕਰਨੇ। ਓਰੀਜਨਲ ਮਾਫੀ ਚਾਹਾਂਗੇ ਦੋਸਤੋ, ਡਾਕੂਮੈਂਟ ਅਟੈਚ ਨਹੀਂ ਕਰਨੇ, ਓਨਲੀ ਪਰਫੋਰਮਾ ਤੁਸੀਂ ਫਿਲ ਕਰਨਾ ਅਤੇ ਸਾਰੇ ਓਰੀਜਨਲ ਡਾਕੂਮੈਂਟ ਨਾਲ ਲੈ ਕੇ ਜਾਣੇ ਜਦੋਂ ਤੁਸੀਂ ਇੰਟਰਵਿਊ ਵੇਲੇ ਜਾਓ। ਜਿੰਨੀ ਵੀ ਗੱਲਾਂ ਦੋਸਤੋ ਤੁਸੀਂ ਇੱਕ ਵਾਰ ਇੱਥੇ ਕੋਲ ਕਰਕੇ ਪੂਰੀ ਗੱਲਾਂ ਹੈ ਜਿਹੜੀ ਕਲੀਅਰ ਕਰ ਲੈਣੀ, ਠੀਕ ਹੈ, ਕੋਈ ਡਾਊਟ ਨਹੀਂ ਰੱਖਣਾ। ਅਤੇ ਇਸ ਤੋਂ ਬਾਅਦ ਦੋਸਤੋ ਆਪਾਂ ਵੱਧਦੇ ਹਾਂ ਨੈਕਸਟ ਪੋਸਟ ਵੱਲ। ਅਤੇ ਇੱਥੇ ਜਿਹੜੀ ਦੋਸਤੋ ਪੋਸਟਾਂ ਅਨਾਊਂਸ ਹੋਈ ਹੈ ਇਹ ਸਰਬ ਦੇ ਅੰਦਰ ਅਨਾਊਂਸ ਹੋਈ ਹੈ ਅਤੇ ਇਹ ਹੈ ਜਲੰਧਰ ਵਿਖੇ। ਇੱਥੇ ਦੋਸਤੋ ਵੈਕੰਸੀ ਅਨਾਊਂਸ ਹੋਈ ਹੈ ਕੰਪਿਊਟਰ ਕਮ ਪ੍ਰੋਜੈਕਟਨਿਸਟ ਦੀ। +2 ਬੇਸ 'ਤੇ ਤਜਰਬਾ ਹੋਣਾ ਚਾਹੀਦਾ, ਜਿਸ ਨੂੰ ਕੰਪਿਊਟਰ ਦੀ ਜਾਣਕਾਰੀ ਹੋਵੇਗੀ ਉਸਨੂੰ ਪਹਿਲ ਦਿੱਤੀ ਜਾਵੇਗੀ। ਉਮਰ ਹੱਦ ਸਾਰੀ ਪੋਸਟਾਂ ਲਈ ਦੋਸਤੋ ਇੱਕੋ ਹੀ ਰੱਖੀ ਗਈ, ਮਾਫੀ ਚਾਹਾਂਗੇ ਜੀ, ਪਹਿਲੀ ਪੋਸਟ ਦੇ ਲਈ 25-40 ਸਾਲ ਰੱਖੀ ਗਈ ਹੈ।
ਤੇ ਡਰਾਈਵਰ ਪੋਸਟ ਦੇ ਲਈ ਤੁਹਾਡੀ 10ਵੀਂ ਪਾਸ ਹੋਣੀ ਚਾਹੀਦੀ ਹੈ ਤੇ ਹੈਵੀ ਜਾਂ ਲਾਈਟ ਦੋਨਾਂ ਵਹੀਕਲਾਂ ਦਾ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਨਾਲੇ ਤਜਰਬਾ ਵੀ ਹੋਣਾ ਚਾਹੀਦਾ ਹੈ। ਏਜ ਇੱਥੇ ਰੱਖੀ ਗਈ ਹੈ 25 ਤੋਂ 40 ਸਾਲ। ਇਸ ਤੋਂ ਬਾਅਦ ਦੋਸਤੋ ਟਿਕਟ ਅਸਿਸਟੈਂਟ ਦੀ ਪੋਸਟਾਂ ਅਨਾਊਂਸ ਹੋਈ ਹੈ, ਪਲੱਸ ਟੂ ਬੇਸ ਹੈ, ਕੰਪਿਊਟਰ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਅਤੇ ਇਸ ਦੇ ਲਈ ਏਜ ਰੱਖੀ ਗਈ ਹੈ 22 ਤੋਂ 40 ਸਾਲ ਦੇ ਵਿਚਾਲੇ। ਕੰਟੀਨ ਅਸਿਸਟੈਂਟ ਦੀ ਦੋਸਤੋ ਪੋਸਟ ਅਨਾਊਂਸ ਹੋਈ ਹੈ, ਪਲੱਸ ਟੂ ਬੇਸ 'ਤੇ ਹੈ ਅਤੇ ਨਾਲੇ ਕੰਪਿਊਟਰ ਦੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ। ਦੋਸਤੋ ਕੰਪਿਊਟਰ ਜਾਣਕਾਰੀ ਸਾਰੀਆਂ ਪੋਸਟਾਂ ਦੇ ਲਈ ਇਹਨਾਂ ਨੇ ਕੰਪਲਸਰੀ ਕੀਤੀ ਹੋਈ ਹੈ, ਸੋ ਕਿਸੇ ਵੀ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਕੰਪਿਊਟਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਬਸ ਡਰਾਈਵਰ ਪੋਸਟ ਨੂੰ ਛੱਡ ਕੇ। ਅਤੇ ਦੋਸਤੋ ਇਸ ਪੋਸਟ ਦੀ ਏਜ ਦੱਸੀ ਗਈ ਹੈ 22 ਤੋਂ 40 ਸਾਲ। ਅਤੇ ਤੁਸੀਂ ਕਰਨਾ ਕੀ ਹੈ ਦੋਸਤੋ, ਆਪਣੀ ਪਾਸਪੋਰਟ ਸਾਈਜ਼ ਫੋਟੋ ਲੈਣੀ ਹੈ, ਅਰਜ਼ੀ ਜਿਹਨੂੰ ਦੋਸਤੋ ਆਪਾਂ ਪਰਫੋਰਮਾ ਕਹਿੰਦੇ ਹਾਂ ਉਹ ਫਿਲ ਕਰਨਾ ਹੈ, ਅਤੇ ਸਾਰੇ ਪ੍ਰਮਾਣ ਪੱਤਰ ਲੈ ਕੇ ਕਿਸੇ ਵੀ ਕੰਮ ਵਾਲੇ ਦਿਨ ਤੁਸੀਂ ਪਹੁੰਚ ਜਾਣਾ ਹੈ ਸਰਬ ਮਲਟੀਪਲੈਕਸ ਅੰਮ੍ਰਿਤਸਰ ਰੋਡ ਸਾਹਮਣੇ ਟਰਾਂਸਪੋਰਟ ਨਗਰ ਜਲੰਧਰ ਵਿਖੇ, ਠੀਕ ਹੈ ਜੀ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਇੰਟਰਵਿਊ ਵਾਸਤੇ ਤੁਸੀਂ ਪਹੁੰਚ ਸਕਦੇ ਹੋ, ਨਾ ਤਾਂ ਇਸ ਤੋਂ ਪਹਿਲਾਂ ਅਤੇ ਨਾ ਹੀ ਇਸ ਤੋਂ ਬਾਅਦ, ਠੀਕ ਹੈ ਜੀ। ਸੰਪਰਕ ਕਰਨ ਲਈ ਤੁਹਾਨੂੰ ਇੱਥੇ ਕੰਟੈਕਟ ਨੰਬਰ ਦਿੱਤੇ ਹੋਏ ਆ, ਤੁਸੀਂ ਇਹਨਾਂ ਨੰਬਰਾਂ 'ਤੇ ਕਾਲ ਕਰ ਸਕਦੇ ਹੋ ਅਤੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਇੱਥੋਂ ਕਲੀਅਰ ਕਰ ਸਕਦੇ ਹੋ, ਠੀਕ। ਪੋਸਟਾਂ ਅਨਾਊਂਸ ਹੋਈ ਹੈ, ਇਹ ਅਨਾਊਂਸ ਹੋਈ ਹੈ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ। ਅਤੇ ਦੋਸਤੋ ਇੱਥੇ ਜਿਹੜੀ ਹੈ ਸਪੋਰਟਸ ਕੋਟੇ ਵਿੱਚ ਪੋਸਟਾਂ ਅਨਾਊਂਸ ਹੋਈ ਹੈ, ਜਿਨ੍ਹਾਂ ਦਾ ਨੋਟਿਸ ਇੰਪਲੀਮੈਂਟ ਨਿਊਜ਼ ਜਿਹੜਾ ਹੈ ਇਹਨਾਂ ਨੇ ਜਾਰੀ ਕੀਤਾ ਸੀ 17/8 ਨੂੰ, ਠੀਕ ਹੈ ਜੀ, 17/8 ਨੂੰ ਪ੍ਰਕਾਸ਼ਿਤ ਕਰ ਦਿੱਤਾ ਸੀ। ਇਹਨਾਂ ਅਸਾਮੀਆਂ ਸੰਬੰਧੀ ਬਿਨੇ ਪੱਤਰ ਦੇਣ ਵਾਲੇ ਜਿਹੜੇ ਚਾਹਵਾਨ ਉਮੀਦਵਾਰ ਹੈ ਉਹ ਇੰਪਲਾਇਮੈਂਟ ਨਿਊਜ਼ ਵਿੱਚ ਵੇਰਵੇ ਦੇਖ ਸਕਦੇ ਹੈ, ਅਤੇ ਬਿਨੇ ਪੱਤਰਾਂ ਦੀ ਪ੍ਰਾਪਤੀ ਲਈ ਅੰਤਿਮ ਮਿਤੀ ਜਿਹੜੀ ਹੈ ਉਹ ਰੱਖੀ ਗਈ ਹੈ 16/9/2019, ਠੀਕ ਹੈ। ਸ਼ਾਮੀ 7 ਵਜੇ ਦਾ ਇਹਨਾਂ ਨੇ ਟਾਈਮ ਦਿੱਤਾ ਹੈ, ਤਾਂ ਤੁਸੀਂ ਅਪਲਾਈ ਕਰ ਸਕਦੇ ਦੋਸਤੋ। ਅਤੇ ਇਹ ਪ੍ਰਕਾਸ਼ਿਤ ਹੋਇਆ ਸੀ 21/8 ਨੂੰ, ਯਾਨੀ ਕਿ ਕੱਲ੍ਹ, ਅਤੇ ਨਿਊਜ਼ ਵਿੱਚ ਆਇਆ ਦੋਸਤੋ ਅੱਜ ਈ ਪੇਪਰ ਇੱਕ ਦਿਨ ਪਿੱਛੇ ਚੱਲਦਾ ਹੈ। ਤਾਂ ਦੋਸਤੋ ਇਹ ਸੀ ਅੱਜ ਦੀ ਲੇਟੈਸਟ ਵੈਕੰਸੀ ਡਿਟੇਲ। ਅਤੇ ਦੋਸਤੋ ਇਸ ਤੋਂ ਇਲਾਵਾ ਬਹੁਤ ਹੀ ਇੰਪੋਰਟੈਂਟ ਡਿਟੇਲ ਸਾਡੇ ਕੋਲ ਆਈ ਹੈ, ਇੱਕ ਪੰਜਾਬ ਬੋਰਡ ਤੋਂ ਰਿਲੇਟਡ ਹੈ, ਉਸ ਦੀ ਅੱਡ ਵੀਡੀਓ ਪਾ ਕੇ ਤੁਹਾਨੂੰ ਦੱਸਾਂਗੇ, ਸਮਝਾਉਣਾ ਪਵੇਗਾ ਬਥੇਰਾ ਉਹਦੇ ਵਿੱਚ, ਤਾਂ ਹੀ ਤੁਹਾਨੂੰ ਸਮਝ ਆਏਗਾ, ਠੀਕ ਹੈ ਜੀ। ਸ਼ਾਮੀ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਉਹ ਵੀਡੀਓ। ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ, ਥੋੜ੍ਹੀ ਕੋਈ ਸ਼ਿਕਾਇਤ ਹੈ, ਸੁਝਾਅ ਹੈ, ਤੁਸੀਂ ਦੋਸਤੋ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਜੈ ਹਿੰਦ।